ਯਕਾਲ ਸਾਰੇ ਕਿਸਾਨ ਵੀਰਾਂ ਨੂੰ ਮੈਂ ਤੁਹਾਡਾ ਆਪਣਾ ਸਾਥੀ ਗਰਦੀਪ ਸਿੰਘ ਤੁਹਾਨੂੰ ਇੱਕ ਇਹ ਜਾਂ ਨਰਮਾ ਦਿਖਾਉਣ ਜਾ ਰਿਹਾ ਹਾਂ ਕਈ ਕਿਸਾਨਪਰਾਵਾਂ ਦੇ ਆਪਣੇ ਏਰੀਆ ਦੇ ਵਿੱਚ ਇਹ ਜਾਂ ਨਰਮਾ ਵੀ ਹੋਊਗਾ ਇਹਦੇ ਵਿੱਚ ਕਿਸਾਨਪਰਾ ਕੀ ਗਲਤੀਆਂ ਕਰਦੇ ਐ ਤੇ ਉਹ ਗਲਤੀਆਂ ਕੀ ਐ ਉਹ ਤੁਹਾਨੂੰ ਮੈਂ ਦੱਸੂ ਆ ਕੀ ਨਹੀਂ ਕਰਨਾ ਚਾਹੀਦਾ ਵਿੱਚ ਤੇ ਕੀ ਕਰਨਾ ਚਾਹੀਦਾ ਉਸ ਵਾਸਤੇ ਆਪਾਂ ਆਹ ਵੀਡੀਓ ਲੈ ਕੇ ਆਏ ਆ ਤੁਹਾਨੂੰ ਦੱਸਾਂਗੇ ਆ ਨਰਮੇ ਦੀ ਕੰਡੀਸ਼ਨ ਪਹਿਲਾਂ ਦੇਖ ਲਓ ਤੁਸੀਂ ਇਹ ਜਾਂ ਨਰਮਾ ਕਿਸੇ ਵੀੜ ਦੇ ਹੋਊਗਾ ਤਾ ਪਹਿਲੀ ਗਲਤੀ ਤਾਂ ਆਪਾਂ ਕਰਦੇ ਆਂ ਕਿਸਾਨ ਭਰਾਓ ਵੀ ਆਪਣਾ ਨਰਮਾ ਕਮਜ਼ੋਰ ਰਹਿ ਗਿਆ ਚਲੋ ਯੂਰੀਆ ਹੋਰ ਸਿੱਟ ਦਿਓ ਦੇ ਵਿੱਚ ਉਹਦੇ ਵਿੱਚ ਯੂਰੀਆ ਸਿੱਟੀ ਜਾਂਨੇ ਸਿੱਟੀ ਜਾਂਨੇ ਉਹਦਾ ਫਿਰ ਕੋਈ ਆਪਣ ਨੂੰ ਤੱਕ ਨਹੀਂ ਹੁੰਦਾ ਉਹਦਾ ਨੁਕਸਾਨ ਆਪਾਂ ਯੂਰੀਆ ਜਾਦੇ ਸਿੱਟਤੀ ਤਾਂ ਫਿਰ ਉਹ ਨੁਕਸਾਨ ਆਪਣੇ ਆਪ ਹੋਊਗਾ ਉਹਦੇ ਕਾਰਨ ਉਹ ਰਸ ਬਣਾਊਗਾ ਬੂਟਾ ਰਸ ਬਣਾਊਗਾ ਤਾਂ ਤੇ ਕੀਟ ਪਤੰਗੇ ਜਿਆਦੇ ਲੱਗਣਗੇ ਰੋਗ ਜਾਦੇ ਲੱਗੂ ਆ ਕਹਿੰਦੇ ਹੁੰਦੇ ਨੁਕਸਾਨ ਪਰਾਓ ਵੀ ਜਿਹੜੀ ਮਾੜੀ ਦੀਜ਼ ਹੁੰਦੀ ਆ ਉਹ ਤੇ ਜਿਆਦੇ ਰੋਗ ਲੱਗਦਾ ਹੈ ਜਿਹੜਾ ਕਮਜ਼ੋਰ ਬੰਦੇ ਤੇ ਹੀ ਸਾਰੀ ਵਿਪਦਾ ਹੁੰਦੀ ਹੈ ਉਹੀ ਗੱਲ ਨਰਮੇ ਤੇ ਐ ਤੁਸੀਂ ਦੇਖ ਲਿਓ ਉੱਥੇ ਜਿਆਦੇ ਇਹਦੇ ਵਿੱਚ ਰਸ ਨਿਕਲੂ ਆ ਤੇ ਕੀਟ ਪਤੰਗੇ ਜਿਹੜੇ ਹੁੰਦੇ ਆਪਨ ਨਰਮੇ ਦੀ ਫਸਲ ਨੂੰ ਨੁਕਸਾਨ ਪਹੁੰਚਾਉਂਦੇ ਆ ਉਹ ਜਿਆਦੇ ਆਉਣਗੇ ਤੇ ਤਾਰ ਕੇ ਖਾਸ ਕਰਕੇ ਧਿਆਨ ਰੱਖਣਾ ਜਿਆਦੇ ਯੂਰੀਆ ਨਹੀਂ ਸਿਟਣੀ ਉਹ ਤਾਂ ਵਧੀਆ ਆ ਪਾ ਮੈਂ ਤੁਹਾਨੂੰ ਦੱਸ ਦੇਣਾ ਉਹ ਤਾਂ ਫੇਰ ਮੈਂ ਤੁਹਾਨੂੰ ਦਿਖਾ ਦਿਆਂ ਜੇ ਨਰਮੇ ਦੀ ਐ ਸਾਈਡ ਤੇ ਇੱਥੇ ਆ ਹੁੰਦਾ ਇੱਥੋਂ ਰਸ ਨਿਕਲਦਾ ਆ ਜਾਦੇ ਰਸ ਕਾਰਨ ਹੀ ਆ ਨਿਸ਼ਾਨ ਪੈ ਗਏ ਖਾ ਗਏ ਨੂੰ ਕੀਟਾ ਪਤੰਗੇ ਤਾਰ ਕੇ ਇਹਨਾਂ ਚੀਜ਼ਾਂ ਤੇ ਧਿਆਨ ਰੱਖਣਾ ਚਾਹੀਦਾ ਇੱਥੇ ਰਸ ਨਿਕਲਦਾ ਇਹਨੂੰ ਇੱਥੇ ਪਟਾਕਾ ਬੋਲਦੇ ਐ ਇੱਥੋਂ ਰਸ ਨਿਕਲੂ ਆ ਤੇ ਚੂਸਣਗੇ ਇੱਥੋਂ ਤਾਰ ਕੇ ਸਾਰੇ ਪੱਤਿਆਂ ਦੀ ਅਗੇ ਗਰੋਥ ਰੁਕ ਜੂਗੀ ਆ ਇਹਨਾਂ ਦੀ ਮੇਨ ਨਾੜੀ ਹੁੰਦੀ ਐ ਫਿਰ ਵੀ ਸਾਰੇ ਜਿਹੜੇ ਨਰਮਾ ਕੋਈ ਵੀ ਉਹਨਾਂ ਤੇ ਆਹ ਚੀਜ਼ ਮਿਲੂਗੀ ਤੁਹਾਨੂੰ ਪਰ ਆ ਇਹਨਾਂ ਤੇ ਜਿਆਦੇ ਆਹ ਅਟੈਕ ਹੋਣ ਕਰਕੇ ਜਿਆਦੇ ਹੋ ਜੂਗੀ ਤਾ ਫਸਲ ਦੀ ਗ੍ਰੋਥ ਰੁਕ ਜੂਗੀ ਤਾਂ ਅਖਰਕੇ ਕਿਸਾਨ ਪ੍ਰਭੂ ਤੁਹਾਨੂੰ ਦੱਸਣ ਜਾ ਰਹੇ ਆ ਜਿਹੜੀ ਐਨਪੀਕੇ ਆਉਂਦੀ ਆਪਾਂ 13045 ਉਹ ਆਪਾਂ ਸਾਰੀ ਤੇ ਕਰੀ ਜਾਂਦੇ ਆ ਪਰ ਉਸ ਦਾ ਇਹਨੂੰ ਉਹਨਾ ਬੈਨੀਫਿਟ ਨਹੀਂ ਮਿਲਦਾ ਉਸ ਤੋਂ ਵਧੀਆ ਤੁਹਾਨੂੰ ਦੱਸਦਾਂ ਕਿਸਾਨ ਪ੍ਰਭੂ ਬੈਨੀਫਿਟ ਤਾਂ ਉਹਦਾ ਮਿਲਦਾ ਪਰ ਉਸ ਤੇ ਥਾਂ ਤੁਹਾਨੂੰ ਐਨਪੀਕੇ ਜਿਹੜੀ 5052 ਐਨਪੀਕੇ ਜਿਹਦੇ ਚ ਫਾਸਫੋਰਸ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਉਹ ਕਾਰਨ ਦੀ ਜ਼ਰੂਰਤ ਹੁੰਦੀ ਹੈ ਕਿਉਂ ਆਪਾਂ ਯੂਰੀਆ ਡੀਏਪੀ ਦੇ ਵਿੱਚ ਦੇ ਦੇਾਂਗੇ ਤਾਂ ਹੁਣ ਯੂਰੀਆ ਡੀਏਪੀ ਇਹਦੇ ਤੇ ਕੰਮ ਨਹੀਂ ਕਰੂਗੀ ਕਿਉਂਕਿ ਜੜਾਂ ਇਹਦੀਆਂ ਘੱਟ ਡੂੰਘੀਆਂ ਹੁਣ ਕਰਕੇ ਆਸ-ਪਾਸਿਓ ਇਹ ਆਪਣੇ ਪੌਸ਼ਕ ਤੱਤ ਤਬ ਨਹੀਂ ਲੈ ਸਕਦੀ ਫਸਲ ਹੈ ਜਿਹੜੀ ਆਹ ਤਾਂ ਕਿ ਆਪਾਂ ਨੂੰ ਡੀਏਪੀ ਨਾਲ ਸਿੱਟ ਕੇ ਵਿੱਚ ਫਾਸਫੋਰਸ ਦੀ ਜਿਹੜੀ ਮਾਤਰਾ ਹੈ ਉਹ ਉਤੋਂ ਦੇਣੀ ਜ਼ਿਆਦਾ ਜ਼ਰੂਰਤ ਹੈ ਹਰ ਕਿ ਆਪਾਂ ਇਹਦੇ ਵਿੱਚ ਫਾਇਦਾ ਹੋਊਗਾ ਇਸ ਚੀਜ਼ ਨਾਲ ਵਰਤੇ ਨਾਲ ਤੇ ਪੋਟਾਸ਼ ਜਿਹੜਾ ਸਪੈਸ਼ਲ ਆਉਂਦਾ ਉਹਦੀ ਵਰਤੋਂ ਕਰਨੀ ਹੈ ਕਿਉਂਕਿ ਇਹਦੇ ਵਿੱਚ ਪोटाश ਦੀ ਵੀ ਕਮੀ ਹੁੰਦੀ ਹੈ ਕਿਉਂਕਿ ਆਪਾਂ ਇਹ ਫਸਲਾਂ ਇੱਥੇ ਬਾਰ-ਬਾਰ ਕਰੋ ਪਰੋਟੇਸ਼ਨ ਅਪਣਾਈ ਜਾਂਦੇ ਤਾਂ ਰਕੇ ਨੁਕਸਾਨ ਹੋ ਜਾਂਦਾ ਕਿਸਾਨ ਭਰਾਵੋ ਤੇ ਪਹਿਲੀ ਗੱਲ ਤਾਂ ਮੈਂ ਇਹ ਹੀ ਕਹਿਣਾ ਚਾਹੂੰਗਾ ਕਿ ਤੁਸੀਂ ਬਾਰੀ-ਬਾਰੀ ਫਸਲਾਂ ਨਾ ਬੀਜੋ ਆਪਾਂ ਉਹ ਤੇ ਉਨਾ ਹੀ ਖਰਚਾ ਜ਼ਿਆਦਾ ਕਰ ਦਿੰਨੇ ਆ ਤਾਂ ਕਿ ਆਪ ਨੂੰ ਫਾਇਦਾ ਨਹੀਂ ਹੁੰਦਾ ਉਹਨਾ ਆਪ ਨੂੰ ਨੁਕਸਾਨ ਹੋ ਜਾਂਦਾ ਤੇ ਇਹ ਗੱਲਾਂ ਤੇ ਗੌਰ ਕਰਨ ਦੀ ਜ਼ਰੂਰਤ ਹੈ ਕਿਸਾਨ ਭਰਾਵਾਂ ਨੂੰ ਤੇ ਐਨਪੀਕੇ ਜਿਹੜੀ ਪोटाਸ਼ ਦਾ ਐਨਪੀਕੇ ਸਪੈਸ਼ਲ ਹੁੰਦਾ ਦੀ ਫਾਸਫੋਰਸ ਜਿਹਦੇ ਵਿੱਚ ਮਾਤਰਾ ਜ਼ਿਆਦਾ ਹੁੰਦੀ ਹੈ ਉਹ ਕਰੋ ਖਸਨ ਪ੍ਰਾਵੋ ਤੇ ਉਸ ਤੋਂ ਬਾਅਦ ਜਿਹੜੇ ਜੈਵਿਕ ਤਰੀਕੇ ਨਾਲ ਤੁਹਾਨੂੰ ਪਹਿਲਾਂ ਮੈਂ ਦੱਸੀਆਂ ਜਿਹੜੇ ਪੋਸ਼ਕ ਤੱਤ ਆਪਾਂ ਨੂੰ ਲੈਣੇ ਹੁੰਦੇ ਆ ਉਹ ਵੀ ਤੁਹਾਨੂੰ ਪਹਿਲਾ ਵੀਡੀਓ ਰਾਹੀਂ ਆ ਦੱਸ ਚੁੱਕੇ ਆ ਪ੍ਰਾਣੀ ਲੱਸੀ ਛੇ-ਛੇ ਮਹੀਨੇ ਪ੍ਰਾਣੀ ਲੱਸੀ ਉਹਦੇ ਨਾਲ ਬਹੁਤ ਜ਼ਿਆਦਾ ਕੰਟਰੋਲ ਹੋ ਜਾਂਦਾ ਪਹਿਲਾ ਵੀਡੀਓ ਪਾਈਆਂ ਵਈਆਂ ਉਹਦੇ ਵਿੱਚ ਕੀ ਕੀ ਚੀਜ਼ਾਂ ਪਾਉਣੀਆਂ ਉਹ ਵੀ ਮੈਂ ਦੱਸ ਦਿੱ ਚੁੱਕਿਆ ਉਹਦੇ ਵਿੱਚ ਤਾਰ ਕੇ ਹੈਕ ਤੇ ਗੜੇ ਨਰਮੇ ਦੇ ਵਿੱਚ ਫਾਲ ਬਹੁਤ ਜ਼ਿਆਦਾ ਅਵਸਥਾ ਦੇ ਵਿੱਚ ਹੈ ਕਿਉਂਕਿ ਹਵਾ ਸਹੀ ਚੱਲ ਗਈ ਹੈ ਇੱਥੇ ਕਿਹੜੇ ਪੱਛਮੀ ਤੋਂ ਹਵਾ ਚੱਲ ਗਈ ਮੌਸਮ ਬਹੁਤ ਵਧੀਆ ਰਹਿ ਗਿਆ ਕਿਹੜੇ ਕਿਸਾਨ ਭਰਾਵਾਂ ਲਈ ਤਾਰ ਕੇ ਤੁਹਾਨੂੰ ਦੱਸ ਦਿਆਂ ਇਸ ਫਸਲਾਂ ਦਾ ਬਹੁਤ ਫਾਇਦਾ ਹੈ ਆਪਣੇ ਦੀ ਤੇਜ਼ੀ ਵੀ ਆਉਣੀ ਹੈ ਅਗਲੇ ਕਿਡੇ ਤੋਂ ਹੁਣ ਵੇਚਾਂਗੇ ਤੇਜ਼ੀ ਵੀ ਬਹੁਤ ਆਈ ਜਾਂਦੀ ਹੈ ਹੋਰ ਤਾਂ ਫਸਲਾਂ ਨੁਕਸਾਨ ਹੋ ਗਿਆ ਇਹਨਾਂ ਦਾ ਤਾਰ ਕੇ ਤੁਹਾਨੂੰ ਦੱਸੀ ਜਾਂਦਾ ਮੈਂ ਇਹਨਾਂ ਚੀਜ਼ਾਂ ਦੇ ਗੌਰ ਕਰ ਲਓ ਕਿਸਾਨ ਭਰਾਵੋ ਜਿਹੜੀਆਂ ਮੈਂ ਤੁਹਾਨੂੰ ਦੱਸ ਦਿਆਂ ਜੇ ਫਿਰ ਵੀ ਤੁਹਾਨੂੰ ਕੋਈ ਚੀਜ਼ ਨਾ ਸਮਝ ਆਵੇ ਤਾਂ ਮੈਨੂੰ ਮੈਸੇਜ ਕਰਕੇ ਕਮੈਂਟ ਕਰਕੇ ਪੁੱਛ ਸਕਦੇ ਹੋ ਸਾਰਿਆਂ ਨੂੰ ਸਸਰੀਆ ਕਾਲ ਮੇਰੀ ਔਰਤੋਂ